ਬਠਿੰਡਾ ਵਿੱਚ ਲੱਖਾਂ ਰੁਪਏ ਦੀ ਲਾਗਤ ਦੇ ਨਾਲ ਬਣਿਆ ਮੋਬਾਈਲ ਮੈਡੀਕਲ ਯੂਨਿਟ ਅੱਜ ਕੱਲ੍ਹ ਕੰਡਮ ਹੋ ਗਿਆ ਅਤੇ ਕਵਾੜ ਦੀ ਨਜ਼ਰ ਦੇ ਵਿੱਚ ਆ ਰਿਹਾ। ਤੁਸੀਂ ਇੱਕ ਵਾਰ ਤਸਵੀਰਾਂ ਦੇਖ ਲਓ ਕਿ ਆਖਿਰਕਾਰ ਹਾਲਾਤ ਕਿਸ ਤਰ੍ਹਾਂ ਦੇ ਨੇ। ਹਾਲਾਂਕਿ ਇਹ ਦੱਸ ਰਹੇ ਨੇ ਕਿ 80 ਤੋਂ ਜ਼ਿਆਦਾ ਲੱਖ ਰੁਪਏ ਦੇ ਖਰਚ ਦੇ ਨਾਲ ਇਹ ਬੱਸ ਨੂੰ ਤਿਆਰ ਕੀਤਾ ਗਿਆ ਸੀ, ਜਿਸ ਨੂੰ ਨਾਮ ਦਿੱਤਾ ਗਿਆ ਸੀ ਮੋਬਾਈਲ ਮੈਡੀਕਲ ਯੂਨਿਟ। ਇਸ ਬੱਸ ਦੇ ਵਿੱਚ ਹਰ ਤਰ੍ਹਾਂ ਦੀਆਂ ਸਹੂਲਤਾਂ ਉਪਲਬਧ ਸੀ, ਜਿਵੇਂ ਕਿ ਤੁਸੀਂ ਕਿਸ ਦਾ ਐਕਸਰਾ ਕਰਨਾ ਹੈ ਔਰ ਬਲੱਡ ਸੈਂਪਲਿੰਗ ਕਰਨੇ ਨੇ, ਡਾਕਟਰ ਫਸਟ ਏਡ ਦਿੰਦੇ ਨੇ, ਡਾਕਟਰ ਇੱਕ ਇਸ ਬੱਸ ਦੇ ਵਿੱਚ ਮੌਜੂਦ ਰਹਿੰਦਾ ਸੀ। ਹਾਲਾਂਕਿ ਕਾਫੀ ਵੱਡੀ ਸਕੀਮ ਸੀ ਇਹ, ਸਕੀਮ ਉਹਨਾਂ ਇਲਾਕਿਆਂ ਵਾਸਤੇ ਸੀ ਜਿਹੜੇ ਦਿਹਾਤੀ ਸੀ, ਜਿਹੜੇ ਪੇਂਡੂ ਸੀ, ਜਿਨ੍ਹਾਂ ਦੇ ਵਿੱਚ ਹਸਪੀਟਲ ਨੇੜੇ ਨਜ਼ਰ ਨਹੀਂ ਆਉਂਦੀ ਸੀ। ਉਸ ਜਗ੍ਹਾ 'ਤੇ ਇਹ ਬੱਸ ਜਾਂਦੀ ਸੀ, ਜਾ ਕੇ ਪੇਸ਼ੈਂਟਾਂ ਦਾ ਚੈੱਕਅਪ ਕਰਦੀ ਸੀ, ਮੈਡੀਸਨ ਦਿੰਦੀ ਸੀ, ਐਕਸਰੇ ਤੱਕ ਦੀਆਂ ਸਹੂਲਤਾਂ ਇਸ ਬੱਸ ਦੇ ਵਿੱਚ ਸੀ। ਪਰ ਅੱਜ ਇਹ ਬੱਸ ਮੈਂ ਕੰਡਮ ਨਜ਼ਰ ਆ ਰਹੀ ਹੈ। ਤੁਸੀਂ ਤਸਵੀਰਾਂ ਵੇਖ ਲਓ ਕਿ ਜ਼ਿਆਦਾਤਰ ਸਮਾਨ ਹੈ ਜਿਹੜਾ ਉਹ ਵੀ ਇਸ ਬੱਸ ਦਾ ਨਜ਼ਰ ਨਹੀਂ ਆ ਰਿਹਾ। ਪਰ ਦੂਸਰੇ ਪਾਸੇ ਅਧਿਕਾਰੀ ਕਹਿ ਰਹੇ ਨੇ ਕਿ ਜਲਦੀ ਇਸ ਬੱਸ ਨੂੰ ਦਰੁਸਤ ਕੀਤਾ ਜਾਏਗਾ। ਬਠਿੰਡਾ ਦੀ ਗੱਲ ਕੀਤੀ ਜਾਵੇ ਤਾਂ ਬਠਿੰਡਾ ਨੂੰ ਦੋ ਇਸ ਤਰ੍ਹਾਂ ਦੀਆਂ ਜਿਹੜੀਆਂ ਬੱਸਾਂ ਸੀ, ਇਸ ਤਰ੍ਹਾਂ ਦੀਆਂ ਇਹ ਯੂਨਿਟਾਂ ਮਿਲੀਆਂ ਸੀ ਜਿਨ੍ਹਾਂ ਦਾ ਜੁੰਮਾ ਸੀ ਕਿ ਦਿਹਾਤੀ ਇਲਾਕੇ ਦੇ ਵਿੱਚ ਜਾ ਕੇ ਉਹਨਾਂ ਪੇਸ਼ੈਂਟਾਂ ਦਾ ਇਲਾਜ ਕੀਤਾ ਜਾਵੇ ਜਿਹੜੇ ਹਸਪੀਟਲ ਤੱਕ ਨਹੀਂ ਪਹੁੰਚ ਸਕਦੇ ਸੀ, ਹਸਪੀਟਲ ਤੱਕ ਰੀਚ ਨਹੀਂ ਸੀ। ਉਹਨਾਂ ਪਿੰਡਾਂ ਦੇ ਵਿੱਚ ਇਸ ਤਰ੍ਹਾਂ ਦੀ ਮੋਬਾਈਲ ਯੂਨਿਟ ਸੀ ਜਿਹੜੀ ਉਹ ਜਾਂਦੀ ਸੀ ਔਰ ਜਾ ਕੇ ਲੋਕਾਂ ਦਾ ਇਲਾਜ ਕਰਦੀ ਸੀ। ਪਰ ਹਾਲਾਤ ਕੀ ਨੇ, ਤੁਸੀਂ ਖੁਦ ਕੰਡਮੇ ਇਹ ਬੱਸ ਹੈ ਉਹ ਨਜ਼ਰ ਆ ਰਹੀ ਹੈ। ਹਾਲਾਂਕਿ ਅੰਦਰ ਹਰ ਤਰ੍ਹਾਂ ਦੀਆਂ ਜਿਹੜੀਆਂ ਲੇਟੈਸਟ ਸਹੂਲਤਾਂ ਸੀ ਉਹ ਤੁਹਾਨੂੰ ਨਜ਼ਰ ਆ ਰਹੀਆਂ ਸੀ, ਹਾਲਾਂਕਿ ਇਸ ਬੱਸ ਦਾ ਬਾਲੀ ਵਾਰਸ ਹੈ ਕੋਈ ਨਜ਼ਰ ਨਹੀਂ ਆ ਰਿਹਾ। ਤੁਸੀਂ ਦਰਵਾਜ਼ੇ ਦੀਆਂ ਤਸਵੀਰਾਂ ਤੋਂ ਵੇਖ ਸਕਦੇ ਹੋ ਕਿ ਕਿਸ ਤਰ੍ਹਾਂ ਦੇ ਹਾਲਾਤ ਨੇ ਇਸ ਬੱਸ ਦੇ, ਔਰ ਕਾਫੀ ਟਾਈਮ ਤੋਂ ਇਹ ਬੱਸ ਕੰਡਮ ਹਾਲ ਦੇ ਵਿੱਚ ਬਠਿੰਡਾ ਦੇ ਸਰਕਾਰੀ ਹਸਪਤਾਲ ਦੇ ਵਿੱਚ ਖੜੀ ਹੈ। ਪਰ ਦੂਸਰੇ ਪਾਸੇ ਅਧਿਕਾਰੀ ਇਹੀ ਕਹਿ ਰਹੇ ਨੇ ਕਿ ਜਲਦੀ ਇਸ ਨੂੰ ਦਰੁਸਤ ਕੀਤਾ ਜਾਏਗਾ। ਇਸ ਤਰ੍ਹਾਂ ਦੀਆਂ ਦੋ ਯੂਨਿਟ ਬਠਿੰਡਾ ਦੇ ਸਰਕਾਰੀ ਹਸਪਤਾਲ ਨੂੰ ਮਿਲੀਆਂ ਸੀ, ਜਿਨ੍ਹਾਂ ਦਾ ਕੰਮ ਸੀ ਦਿਹਾਤੀ ਏਰੀਏ ਦੇ ਵਿੱਚ ਪਹੁੰਚਣਾ, ਉੱਥੇ ਜਾ ਕੇ ਲੋਕਾਂ ਨੂੰ ਸਿਹਤ ਸਹੂਲਤਾਂ ਪ੍ਰਦਾਨ ਕਰਨਾ। ਹਾਲਾਂਕਿ ਇਹ ਬੱਸ ਦੇ ਉੱਪਰ ਲਾਗਤ ਜਿਹੜੀ ਆਈ ਸੀ ਉਹ ਸਟੇਟ ਗੌਰਮੈਂਟ ਅਤੇ ਕੇਂਦਰ ਗੌਰਮੈਂਟ ਦਾ ਸਾਂਝਾ ਪ੍ਰੋਜੈਕਟ ਸੀਗਾ। ਸਾਂਝੇ ਪ੍ਰੋਜੈਕਟ ਦੇ ਅਧੀਨ ਇਸ ਤਰ੍ਹਾਂ ਦੀਆਂ ਦੋ ਬੱਸਾਂ ਸੀ ਉਹ ਬਠਿੰਡਾ ਦੇ ਲੋਕਾਂ ਨੂੰ ਮਿਲੀਆਂ ਸੀ, ਪਰ ਕਿਤੇ ਨਾ ਕਿਤੇ ਜਾ ਕੇ ਅਧਿਕਾਰੀਆਂ ਦੀ ਲਾਪਰਵਾਹੀ ਦੇ ਚੱਲਦੇ ਇਹ ਦੋਨੇ ਬੱਸਾਂ ਨੇ, ਦੋਨੇ ਯੂਨਿਟ ਨੇ ਬੰਦ ਨੇ ਅਤੇ ਕਵਾੜੀਏ ਦੀ ਦੁਕਾਨ ਬੰਦੀਆਂ ਹੋਈਆਂ ਇਹ ਬੱਸਾਂ ਨਜ਼ਰ ਆ ਰਹੀਆਂ ਨੇ। ਬਠਿੰਡਾ ਤੋਂ ਸੂਰਜ ਪਾਨ, ਨਿਊਜ਼ 18 ਪੰਜਾਬ। ਸਾਡੇ ਕੋਲ ਨਾ ਦੋ ਜਿਹੜੀਆਂ ਹੈਗੀਆਂ ਜੋ ਚੱਲ ਰਹੀਆਂ ਬੱਸਾਂ ਜਿਹੜੀਆਂ ਸੀਗੀਆਂ ਆਈਆਂ, ਉਹਨਾਂ 'ਚੋਂ ਮਤਲਬ 15 ਸਾਲ ਦੀਆਂ ਹੋ ਗਈਆਂ ਇਹਨਾਂ ਦੀ ਮਿਆਦ ਇਹਨਾਂ ਦੋਹਾਂ ਦੀ, ਅਤੇ ਇੱਕ ਤਾਂ ਹਜੇ ਫਿਲਹਾਲ ਸਾਡੀ ਵਰਕਿੰਗ 'ਚ ਫੰਕਸ਼ਨ 'ਚ ਹੈਗੀ ਆ, ਇੱਕ ਸਾਡੀਆਂ ਥੋੜ੍ਹੀ ਜਿਹੀ ਕੁਛ ਮਤਲਬ ਚੱਲ ਨਹੀਂ ਰਹੀ, ਉਹ ਖੜ੍ਹੀ ਆ। ਅਤੇ ਇਹਦੇ ਵਾਸਤੇ ਅਸੀਂ DC ਸਾਹਿਬ ਨਾਲ ਵੀ ਮੀਟਿੰਗ ਹੋਈ ਸੀਗੀ, ਅਤੇ ਉਹ ਵੀ ਉਹਨਾਂ ਨੇ ਵੀ ਨਿੱਜੀ ਤੌਰ 'ਤੇ ਇਹਦੇ 'ਚ ਇੰਟਰਸਟ ਲੈ ਕੇ ਅਤੇ ਇਹਨੂੰ ਅਸੀਂ ਮਤਲਬ ਰੈਨੋਵੇਟ ਕਰਕੇ ਨਵੇਂ ਇਹਦੇ ਵਿੱਚ ਹੋਰ ਸਹੂਲਤਾਂ ਪਾ ਕੇ ਅਤੇ ਇਹ ਤਿਆਰ ਕਰਵਾਵਾਂਗੇ। ਅਤੇ ਇਹ ਇੱਕ ਚੱਲਦੀ ਹੈ ਸਾਡੇ ਕੋਲ, ਦੇਖੋ ਟਾਈਮ ਦੇ ਨਾਲ ਕੁਛ ਮਤਲਬ ਉਹਦੀ ਰਿਪੇਅਰ ਵਗੈਰਾ ਮੰਗਦੀ ਹੈਗੀ ਆ, ਅਤੇ ਕੁਛ ਸਮਾਨ ਜਿਹੜਾ ਹੈਗਾ ਉਹ ਉਹਦੀ ਰਿਪੇਅਰ ਵਗੈਰਾ ਸੀ ਉਹ ਹੋਊਗੀ ਉਸ ਤਰ੍ਹਾਂ ਕਰਕੇ, ਕਿਉਂਕਿ ਉਹਦੇ ਜਿਹੜੇ ਜਿਹੜਾ ਇੰਜਨ ਵਗੈਰਾ ਜਾਂ ਕੁਛ ਖਰਾਬ ਹੋਇਆ ਹੈਗਾ, ਅਤੇ ਇਸ ਕਰਕੇ ਮਤਲਬ ਜਾਂ ਟਾਇਰ ਵਗੈਰਾ ਪੈਣੇ ਹੁੰਦੇ ਆ, ਤਾਂ ਉਹ ਜਿਹੜੇ ਉਹਨਾਂ ਦੇ ਖਰਚੇ ਹੁੰਦੇ ਆ ਰਿਨਿਊਅਲ ਵਾਲੇ ਜਿਹੜੇ ਹੈਗੇ ਆ, ਉਹ ਉਹਨਾਂ ਦੀ ਘਾਟ ਕਰਕੇ ਫੰਡਸ ਨਾ ਹੋਣ ਕਰਕੇ ਉਹ ਫਿਰ ਇਸ ਕਰਕੇ ਉਹ ਮਤਲਬ ਉਹ ਖੜੀ ਆ। ਡਾਕਟਰ ਸਾਹਿਬ ਜੀ ਆਪਾਂ ਬੱਸ ਦੀ ਗੱਲ ਕਰੀਏ, ਉਹ ਕੰਮ ਕਾਹਦੇ ਆ, ਕਿੱਥੇ ਕਿਹਦੇ ਵਾਸਤੇ ਰੱਖੀ ਗਈ ਸੀ ਉਹ? ਇਹ ਜਿਹੜਾ ਸੈਂਟਰ ਦੀ ਵੈਸੇ NHM ਦੇ ਅੰਡਰ ਸਕੀਮ ਸੀਗੀ, ਇੱਕ 10-15 ਸਾਲ ਤੋਂ ਚੱਲੀ ਆ ਰਹੀ ਹੈ। ਇਹ ਜਿਹੜੇ ਪਿੰਡਾਂ ਦੇ ਵਿੱਚ ਏਰੀਆ ਹਸਪਤਾਲ ਜਿਹੜੇ ਕਵਰ ਨਹੀਂ ਕਰ ਪਾ ਰਹੇ ਸੀ ਪਿੰਡ, ਉੱਥੇ ਇਹ ਮਤਲਬ ਇਹਨਾਂ ਦਾ ਟੂਰ ਵਗੈਰਾ ਹੁੰਦਾ ਸੀ ਤਾਂ ਉੱਥੇ ਜਾਂਦੀ ਸੀਗੀ। ਉੱਥੇ ਸਾਰੀਆਂ ਸਹੂਲਤਾਂ ਇਹ ਫਿਲਹਾਲ ਵੀ ਜਿਹੜੀ ਚੱਲ ਰਹੀ ਹੈ ਸਾਡੀ ਉਹ ਸਾਰੀਆਂ ਸਹੂਲਤਾਂ ਦੇ ਰਹੀ ਹੈ, ਜਿਵੇਂ ਲੈਬੋਰਟਰੀ ਦੀ ਸਹੂਲਤ, ਐਕਸਰੇ ਦੀ ਸਹੂਲਤ, ਅਤੇ ਬਾਕੀ ਜਿਹੜਾ ਮੌਕੇ 'ਤੇ ਡਾਕਟਰ ਜਿਹੜਾ ਹੈਗਾ ਉਹ ਸਾਰੇ ਹੁੰਦੇ ਆ, ਉੱਥੇ ਜਾਂਦੇ ਆ ਅਤੇ ਉਹ ਕਰਦੇ ਆ ਜੀ।
ਅੱਛਾ ਜੀ, ਜਿਹੜੀ ਇਹ ਖੜੀ ਹੈਗੀ ਇਹਦੇ 'ਚ ਵੀ ਇਹ ਵੀ ਸਹੂਲਤ ਸੀ? ਇਹ ਵੀ ਸਾਰੀਆਂ ਸਹੂਲਤਾਂ ਦੇ ਨਾਲ ਲੈਸ ਹੈਗੀ ਆ, ਸਿਰਫ ਇੰਨਾ ਕਿ ਉਹਨਾਂ ਦੀ ਰੈਨੋਵੇਸ਼ਨ ਅਤੇ ਪਲੱਸ ਥੋੜ੍ਹੀ ਜਿਹੀ ਰਿਪੇਅਰ ਮੰਗਦੀ ਹੈਗੀ ਆ, ਅਤੇ ਕੁਛ ਜਿਹੜਾ ਸਮਾਨ ਉਹਦੇ 'ਚ ਪਾਉਣ ਵਾਲਾ ਹੈਗਾ ਉਹ ਮੰਗਦਾ ਹੈਗਾ, ਉਹਦੇ ਵਾਸਤੇ ਗੱਲਬਾਤ ਡੀ ਸੀ ਸਾਹਿਬ ਨਾਲ ਚੱਲ ਰਹੀ ਹੈਗੀ ਆ, ਉਹਨਾਂ ਨੇ ਨਿੱਜੀ ਤੌਰ 'ਤੇ ਇੰਟਰਸਟ ਲੈ ਕੇ ਅਤੇ ਉਹ ਇਹ ਅਸੀਂ ਦੋਵੇਂ ਹੀ ਚਲਾਵਾਂਗੇ, ਦੋਵੇਂ ਚਲਾਵਾਂਗੇ। ਹਾਂਜੀ ਡਾਕਟਰ ਸਾਹਿਬ, ਜਿਹੜੀ ਆਪਾਂ ਬੱਸ ਦੀ ਗੱਲ ਕਰੀਏ, ਖੜੀ ਜਿਹੜੀ ਹੈਗੀ ਹੈ, ਜੇ ਆਪਾਂ ਸਟਾਫ ਦੀ ਗੱਲ ਕਰੀ ਹੈਗੀ ਹੈ, ਕਿੰਨੇ ਕਿੰਨੇ ਸਟਾਫ ਤਨਾਤ ਹੁੰਦੇ? ਇੱਕ ਇੱਕ ਬੱਸ ਇੱਕ ਤਾਂ ਡਾਕਟਰ ਹੁੰਦਾ ਹੈਗਾ, ਫਾਰਮਾਸਿਸਟ ਹੁੰਦਾ ਹੈਗਾ, ਸਟਾਫ ਨਰਸ ਹੁੰਦੀ ਹੈ, ਲੈਬੋਰਟਰੀ ਟੈਕਨੀਸ਼ੀਅਨ ਹੁੰਦਾ ਹੈਗਾ ਜੀ। ਹਾਂਜੀ, ਜੇ ਟੈਸਟ ਦੀ ਗੱਲ ਕਰੀਏ, ਐਕਸਰੇ ਮਸ਼ੀਨ ਵੀ ਵਿੱਚ ਹੀ ਫਿੱਟ ਹੁੰਦੀ? ਐਕਸਰੇ ਵੀ ਹੁੰਦੀ ਹੈ ਜੀ ਉਹਨਾਂ ਦੀ, ਬਾਕੀ ਟੈਸਟ ਸਾਰੇ ਹੁੰਦੇ ਆ? ਹਾਂਜੀ, ਟੈਸਟ ਹੁੰਦੇ ਆ ਜੀ ਜੀ ਰੈਗੂਲਰ ਟੈਸਟ ਜਿਹੜੇ ਹੁੰਦੇ ਆ ਸਾਰੇ। ਅਤੇ ਇਹ ਹੁਣ ਬਸ ਇਹ ਵੀ ਚੱਲ ਪੈਣੀ ਆ ਥੋੜ੍ਹੇ ਦਿਨਾਂ 'ਚ? ਹਾਂਜੀ, ਉਹ ਚਲਾਵਾਂਗੇ ਜੀ, ਇਹ ਮਤਲਬ ਸਰਕਾਰ ਦਾ ਜਿਹੜਾ ਹੈਗਾ ਕਿ ਵੀ ਇਹਦੇ ਉੱਤੇ ਵੀ ਦੋਵੇਂ ਇਹ ਚਲਾਉਣ ਚੱਲਣ, ਇਹ ਉਹਦੇ ਵਾਸਤੇ ਮੁਹੱਈਆ ਫੰਡ ਜਿਹੜੇ ਹੈਗੇ ਉਹਦਾ ਕੋਸ਼ਿਸ਼ ਕਰ ਰਹੇ ਕਿ ਵੀ ਡੀ ਸੀ ਸਾਹਿਬ ਦੇ ਨਾਲ ਤਾਲਮੇਲ ਕਰਕੇ ਉਹ ਇਹਨੂੰ ਚਲਾਵਾਂਗੇ। ਅਤੇ ਡਾਕਟਰ ਸਾਹਿਬ, ਇਹ ਤਾਂ ਨਹੀਂ ਵੀ ਇੱਥੇ ਕੋਈ ਸਟਾਫ ਦੀ ਡਾਕਟਰ ਸਾਹਿਬ ਨਾ ਹੋਣ ਅਤੇ ਨਾ ਤੇ ਉਹਦੇ ਕਰਕੇ? ਉਹ ਮੌਕੇ 'ਤੇ ਮਤਲਬ ਜਿਹੜਾ ਸਟਾਫ ਸਾਡਾ ਇੱਕ ਵੈਨ ਤਾਂ ਪੂਰਾ ਹੈਗਾ, ਦੂਸਰੇ ਦਾ ਡਾਕਟਰ ਨਹੀਂ ਆ, ਉਹ ਡਾਕਟਰ ਦੀ ਅਸੀਂ ਡਿਮਾਂਡ ਭੇਜੀ ਵੀ ਹੈਗੀ ਆ। ਹਾਂਜੀ, ਬਾਕੀ ਸਟਾਫ ਜਿਹੜਾ ਹੈਗਾ ਉਹ ਫਿਲਹਾਲ ਹੈਗਾ, ਉਹ ਅਸੀਂ ਉਸ ਨਾਲ ਵੀ ਚਲਾਵਾਂਗੇ ਅਸੀਂ ਜੀ। ਜਿਹੜੇ ਖਰਚੇ ਗੱਲ ਕਰੀਏ, ਕਿੰਨੇ ਕੁ ਖਰਚੇ ਨਾਲ ਤਿਆਰ ਹੁੰਦੀ ਜੀ ਵੱਡੀ ਵੱਡੀ ਬੱਸ ਜੀ, ਤੋਂ ਚੱਲਦਾ ਹੋਸਪਿਟਲ ਇੱਕ ਤਰ੍ਹਾਂ ਦਾ ਜੀ? ਨਹੀਂ, ਖਰਚੇ ਦਾ ਤਾਂ ਫਿਲਹਾਲ ਤਾਂ ਮੌਕੇ 'ਤੇ ਤਾਂ ਪਤਾ ਨਹੀਂ ਸਾਨੂੰ ਜੀ, ਪਰ ਇਹ ਵੀ ਜਿਹੜਾ ਵੀ ਲੱਗੇਗਾ ਉਹ ਮਤਲਬ ਡੀ ਸੀ ਸਾਹਿਬ ਉਹਨਾਂ ਦੇ ਨਾਲ ਤਾਲਮੇਲ ਕਰਕੇ ਫਿਰ ਅਸੀਂ ਉਹਨਾਂ ਨੂੰ ਚਲਾਵਾਂਗੇ ਇਸ ਨੂੰ।